ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਇੱਥੇ ਸੇਫ ਸਿਟੀ ਪੰਜਾਬ ਆਇਆ, ਮੈਨੂੰ ਬੜੀ ਖੁਸ਼ੀ ਹੋਈ। ਜਿਸ ਤਰ੍ਹਾਂ ਅਸੀਂ ਕਈ ਮੀਟਿੰਗਾਂ ਦੇ ਵਿੱਚ ਇਹਦੇ ਬਾਰੇ ਸੁਣਦੇ ਤਾਂ ਹੈ ਸੀ, CCPO ਸਾਹਿਬ ਦੇ ਨਾਲ, ਮੁਖਤਲਿਫ SP ਸਾਹਿਬਾਨ ਦੇ ਨਾਲ, ਅੱਜ ਆ ਕੇ ਆਪਣੇ ਅੱਖਾਂ ਨਾਲ ਦੇਖ ਕੇ ਬੜੀ ਖੁਸ਼ੀ ਹੋਈ। ਜਿਹੜੇ ਕਿ ਸਾਰੇ ਲਾਹੌਰ ਦਾ ਸਿਸਟਮ ਇੱਥੇ ਹੈ, ਸੜਕਾਂ ਦੇ ਉੱਤੇ ਸਾਰੇ ਬਾਦਸ਼ਾਹੀ ਮਸਜਿਦ, ਸ਼ਾਹੀ ਕਿਲ੍ਹਾ ਆਪਣਾ, ਅਤੇ ਗੁਲਬਰਗ, ਵਾਬਡਾਡਾ, ਜਿਹਨੇ ਜਿਹਨਾਂ ਲਾਹੌਰ ਹੈ, ਸਾਰੇ ਇੱਥੇ ਅਸੀਂ ਬੈਠ ਕੇ ਦੇਖ ਸਕਦੇ ਹਾਂ। ਖੁਦਾ ਨਾ ਖਾਸਤਾ ਕੋਈ ਹਾਦਸਾ ਜਾਂ ਕੋਈ ਮਸਲਾ ਹੋਏ ਤਾਂ 2-4 ਮਿੰਟ ਦੇ ਉੱਥੇ ਜਾ ਕੇ ਸਾਰੇ ਮੁਤਾਲਿਕਾ ਟੀਮਾਂ ਉੱਥੇ ਪਹੁੰਚ ਸਕਦੀਆਂ ਨੇ। ਮੈਂ ਟ੍ਰੈਫਿਕ ਪੁਲਿਸ ਲਾਹੌਰ ਦੇ ਵੀ ਸ਼ੁਕਰਗੁਜ਼ਾਰ ਹਾਂ, ਔਰ ਬਾਕੀ ਜਿਨ੍ਹਾਂ ਨੇ ਵੀ ਇੱਥੇ ਮਿਹਨਤ ਕਰਕੇ ਇਸ ਜਗ੍ਹਾ ਤੱਕ ਪਹੁੰਚੇ ਨੇ। ਮੇਰੀ ਇਹ ਦੁਆ ਅਰਦਾਸ ਹੈ, ਅੱਲਾਹ ਤਾਲਾ ਰੱਬ ਇਹਨਾਂ ਨੂੰ ਹੋਰ ਹਿੰਮਤ ਆ ਕੇ ਦੇ ਕੇ ਕਿ ਮੁਖਤਲਿਫ ਸ਼ਹਿਰਾਂ ਦੇ ਵਿੱਚ ਵੀ, ਜਿਹੜੇ ਸਾਡੇ ਵੱਡੇ ਸ਼ਹਿਰ ਨੇ, ਉਹਨਾਂ ਦੇ ਵਿੱਚ ਵੀ ਇਹ ਪ੍ਰੋਜੈਕਟ ਸ਼ੁਰੂ ਕਰ ਦੇ।